ਦੋਸਤੋ ਲੜਕੀ ਦੀ ਸ਼ਾਦੀ ਤੋਂ ਬਾਅਦ ਜੋ ਆਪਾਂ ਆਧਾਰ ਕਾਰਡ ਵਿੱਚ ਐਡਰੈਸ ਚੇਂਜ ਕਰਾਉਣਾ ਹੁੰਦਾ ਹੈ ਤਾਂ ਬਹੁਤ ਧੱਕੇ ਖਾਣੇ ਪੈਂਦੇ ਆ। ਬਟ ਮੈਂ ਤੁਹਾਨੂੰ ਸਿੰਪਲ ਜਿਹਾ ਜੋ ਟ੍ਰਿਕ ਦੱਸਾਂਗਾ ਕਿ ਕਿਵੇਂ ਇਹ ਘਰ ਬੈਠੇ ਆਪਣੇ ਮੋਬਾਈਲ ਉੱਪਰ ਆਸਾਨੀ ਨਾਲ ਚੇਂਜ ਕਰ ਸਕਦੇ ਹੋ। ਦੋਸਤੋ ਜੋ ਜੋ ਪ੍ਰੋਸੈਸ ਮੈਂ ਆਪਣੇ ਪੀਸੀ 'ਤੇ ਕਰ ਰਿਹਾ ਹਾਂ ਸੇਮ ਪ੍ਰੋਸੈਸ ਤੁਸੀਂ ਆਪਣੇ ਮੋਬਾਈਲ 'ਤੇ ਉੱਪਰ ਕਰਨਾ ਹੈ। ਬਟ ਆਪਣੇ ਬਰਾਊਜ਼ਰ ਦਾ ਜੋ ਡੈਸਕਟੋਪ ਵਰਜ਼ਨ ਹੈ ਉਹ ਔਨ ਕਰ ਲਿਓ, ਫਿਰ ਇਸ ਦੀ ਸਾਈਡ ਜਿਵੇਂ ਕੰਪਿਊਟਰ ਜਿਵੇਂ ਖੋਲ੍ਹੋ। ਕਿਉਂਕਿ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਿੱਧਾ ਮੋਟਿਵ 'ਤੇ ਆਉਂਦੇ। ਦੋਸਤੋ ਪਹਿਲਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ ਜਦੋਂ ਆਪਾਂ ਗੂਗਲ ਵਿੱਚ ਜਾ ਕੇ ਮੋਬਾਈਲ ਦੇ ਬਰਾਊਜ਼ਰ ਵਿੱਚ ਇਹ ਸਰਚ ਕਰਾਂਗੇ UIDAI ਆਧਾਰ, ਤਾਂ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਆ ਜਾਂਦਾ ਹੈ। ਉਸ ਤੋਂ ਬਾਅਦ ਜੋ ਫਸਟ ਲਿੰਕ ਆਪਾਂ ਨੂੰ ਸ਼ੋ ਕਰ ਰਿਹਾ ਹੈ ਇਹਨਾਂ ਦੀ ਆਫੀਸ਼ੀਅਲ ਸਾਈਟ ਦਾ, ਇਸ 'ਤੇ ਆਪਾਂ ਕਲਿੱਕ ਕਰ ਲਵਾਂਗੇ। ਕਲਿੱਕ ਕਰਨ ਤੋਂ ਬਾਅਦ ਇਹਨਾਂ ਦੀ ਜੋ ਆਫੀਸ਼ੀਅਲ ਸਾਈਟ ਖੁੱਲ੍ਹ ਜਾਂਦੀ ਹੈ ਅਤੇ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਆ ਜਾਂਦਾ ਮੋਬਾਈਲ 'ਤੇ। ਉਸ ਤੋਂ ਬਾਅਦ ਆਪਾਂ ਮਾਈ ਆਧਾਰ ਉੱਪਰ ਜਾਵਾਂਗੇ। ਮਾਈ ਆਧਾਰ ਉੱਪਰ ਜਾਵਾਂਗੇ ਤਾਂ ਅਪਡੇਟ ਯੂਅਰ ਆਧਾਰ ਵਿੱਚ ਆਪਾਂ ਅਪਡੇਟ ਯੂਅਰ ਆਧਾਰ ਐਡਰੈਸ ਔਨਲਾਈਨ 'ਤੇ ਆਪਾਂ ਕਲਿੱਕ ਕਰ ਦਾਂਗੇ। ਦੋਸਤੋ ਕਲਿੱਕ ਕਰਨ ਤੋਂ ਬਾਅਦ ਜੋ ਨੈਕਸਟ ਪੇਜ ਇਹਨਾਂ ਦਾ ਖੁੱਲ੍ਹੇਗਾ, ਇਸ ਤਰ੍ਹਾਂ ਦਾ ਪੇਜ ਖੁੱਲ੍ਹ ਜਾਂਦਾ ਤਾਂ ਨੀਚੇ ਜਦੋਂ ਸਕਰੋਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਪ੍ਰੋਸੀਡ ਟੂ ਆਧਾਰ ਅਪਡੇਟ ਆਧਾਰ 'ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਨੂੰ ਜਿਨ੍ਹਾਂ ਦਾ ਵੀ ਆਧਾਰ ਕਾਰਡ 'ਚੋਂ ਆਪਾਂ ਐਡਰੈਸ ਚੇਂਜ ਕਰਨਾ ਉਸਦਾ ਆਧਾਰ ਕਾਰਡ ਨੰਬਰ ਲਿਖਣਾ ਹੈ ਅਤੇ ਇਹ ਸੇਮ ਕੈਪਚਾ ਜੋ ਵੀ ਇੱਥੇ ਬੋਕਸ ਵਿੱਚ ਲਿਖਿਆ ਹੋਵੇਗਾ ਉਹ ਸੇਮ ਕੈਪਚਾ ਇੱਥੇ ਆਪਾਂ ਫਿਲ ਕਰਕੇ ਸੈਂਡ OTP 'ਤੇ ਆਪਾਂ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਤੁਹਾਡੇ ਮੋਬਾਈਲ ਉੱਪਰ ਇੱਕ ਮੈਸੇਜ ਆਏਗਾ ਅਤੇ ਮੈਸੇਜ ਆਪਾਂ ਨੂੰ OTP ਵਾਲੀ ਥਾਂ 'ਤੇ ਆਪਾਂ ਨੀਚੇ ਭਰ ਦਿਆਂਗੇ। ਇੱਥੇ ਆਪਾਂ ਨੂੰ ਸ਼ੋ ਕਰ ਰਿਹਾ ਇੰਟਰ OTP, ਜਿਹੜਾ ਮੈਸੇਜ ਆਊਗਾ 6-6 ਅੱਖਰਾਂ ਦਾ ਸ਼ਾਇਦ ਕੋਈ ਨੰਬਰ ਹੋਊਗਾ ਅਤੇ ਇੱਥੇ ਆਪਾਂ ਫਿਲ ਕਰਕੇ ਲੋਗਿਨ ਕਰ ਦਾਂਗੇ। ਅਤੇ ਲੋਗਿਨ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਕੀ ਕਰਨਾ, ਅਪਡੇਟ ਆਧਾਰ ਬਾਏ ਐਡਰੈਸ ਪਰੂਫ 'ਤੇ ਆਪਾਂ ਕਲਿੱਕ ਕਰ ਲਾਂਗੇ ਦੋਸਤੋ। ਅਤੇ ਕਲਿੱਕ ਕਰਨ ਤੋਂ ਬਾਅਦ ਜੋ ਆਪਣਾ ਪੁਰਾਣਾ ਐਡਰੈਸ ਹੋਵੇਗਾ, ਜੋ ਆਪਣਾ ਆਧਾਰ ਕਾਰਡ ਵਿੱਚ ਐਡ ਹੋਵੇਗਾ, ਉਹ ਆਪਣੇ ਸਾਹਮਣੇ ਆ ਜਾਂਦਾ ਪੂਰੀ ਡਿਟੇਲ ਉਸਦੀ। ਜਿਵੇਂ ਮੈਂ ਆਪਣੇ ਐਡਰੈਸ ਦੇ ਭਰੇ ਆ ਤਾਂ ਮੈਂ ਆਪਣਾ ਮੇਰੇ ਸਾਰਾ ਜੋ ਐਡਰੈਸ ਹੈ ਉਹ ਚੇਂਜ ਹੋ ਗਿਆ। ਇਸ ਤੋਂ ਬਾਅਦ ਨੀਚੇ ਦੇ ਆਪਾਂ ਥੋੜ੍ਹੇ ਜਿਹੇ ਕੋਲਮ ਭਰਨੇ ਪੈਣੇ, ਮੈਂ ਤੁਹਾਨੂੰ ਥੋੜ੍ਹਾ ਜ਼ੂਮ ਕਰਕੇ ਦਿਖਾ ਦੇਣਾ। ਅਤੇ ਇਹ ਤਾਂ ਐਡਰੈਸ ਆਪਣਾ ਪੁਰਾਣਾ ਹੋ ਗਿਆ। ਜਿਵੇਂ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਇੱਥੇ ਕੇਅਰ ਔਫ ਭਰਨਾ, ਬਟ ਦੋਸਤੋ ਇਹਨੂੰ ਛੱਡ ਦਿਓ, ਤੁਸੀਂ ਭਰਨ ਦੀ ਲੋੜ ਨਹੀਂ। ਅਤੇ ਇਸ ਵਿੱਚ ਆਪਾਂ ਉਸ ਮਤਲਬ ਕਿ ਜਿਸਦਾ ਆਪਾਂ ਐਡਰੈਸ ਅਪਡੇਟ ਕਰ ਰਹੇ ਹਾਂ ਅਤੇ ਇੱਥੇ ਬਾਈਫੋਪ ਪਾ ਕੇ ਬਾਈਫੋਪ ਜੋ ਵੀ ਉਹਨਾਂ ਦਾ ਨਾਮ ਹੈ, ਜੋ ਐਡਰੈਸ ਹੈ ਘਰ ਦਾ, ਉਹ ਆਪਾਂ ਉਸ ਤੋਂ ਬਾਅਦ ਫਿਲ ਕਰ ਦਾਂਗੇ ਜਿਵੇਂ ਮਰਜ਼ੀ ਹੋਵੇ ਕੁਛ ਵੀ। ਅਤੇ ਉਸ ਤੋਂ ਬਾਅਦ ਆਪਾਂ ਸਟਰੀਟ ਰੋਡ ਜਾਂ ਪਿੰਡ ਰੋਡ ਪਾ ਦਾਂਗੇ, ਬਈ ਕੋਈ ਨੇੜੇ ਦਾ ਏਰੀਆ ਕੋਈ ਲੈਂਡਮਾਰਕ ਹੋਵੇ ਉਸਨੂੰ ਆਪਾਂ ਇੱਥੇ ਟਾਈਪ ਕਰ ਦਾਂਗੇ। ਉਸ ਤੋਂ ਬਾਅਦ ਆਪਣਾ ਏਰੀਆ, ਬਾਕੀ ਤਾਂ ਨੋਰਮਲ ਜੀ ਡਿਟੇਲ ਆ ਜਾਂਦੀ ਹੈ ਦੋਸਤੋ। ਅਤੇ ਲੈਂਡਮਾਰਕ ਕੋਈ ਵੀ ਜਿਵੇਂ ਕੋਈ ਨੇੜੇ ਫਾਟਕ ਹੋ ਗਿਆ ਜਾਂ ਕੋਈ ਸ਼ੋਪ ਹੋ ਗਈ, ਇਸ ਤਰ੍ਹਾਂ ਦਾ ਆਪਾਂ ਪਾ ਦਾਂਗੇ। ਉਸ ਤੋਂ ਬਾਅਦ ਆਪਣਾ ਪਿੰਨ ਕੋਡ, ਜੋ ਵੀ ਤੁਹਾਡਾ ਪਿੰਨ ਕੋਡ, ਜੋ ਪੋਸਟ ਡਾਕਖਾਨੇ ਦਾ ਪਿੰਨ ਕੋਡ ਹੁੰਦਾ ਉਹ ਆਪਾਂ ਇੱਥੇ ਫਿਲ ਕਰ ਦਾਂਗੇ। ਅਤੇ ਇਸ ਤੋਂ ਬਾਅਦ ਵਿਲੇਜ, ਪਿੰਡ, ਆਪਣਾ ਟਾਊਨ ਜਾਂ ਸ਼ਹਿਰ ਜੋ ਵੀ ਹੈ, ਇੱਥੇ ਆਪਾਂ ਸ਼ਹਿਰ ਸਿਲੈਕਟ ਕਰ ਲਾਂਗੇ ਅਤੇ ਪੋਸਟ ਆਫਿਸ ਕਰ ਲਾਂਗੇ ਆਪਾਂ ਸਿਲੈਕਟ। ਅਤੇ ਪੋਸਟ ਆਫਿਸ ਭਰਨ ਤੋਂ ਬਾਅਦ ਉਸ ਤੋਂ ਆਪਾਂ ਡਿਸਟ੍ਰਿਕਟ ਸਿਲੈਕਟ ਕਰ ਲਾਂਗੇ ਜਿਹੜਾ ਆਪਣਾ ਜ਼ਿਲ੍ਹਾ ਪੈਂਦਾ, ਉਸ ਤੋਂ ਬਾਅਦ ਸਟੇਟ ਕਰ ਲਾਂਗੇ ਆਪਾਂ ਸਿਲੈਕਟ, ਪੰਜਾਬ ਸਟੇਟ ਪੈਂਦੀ ਹੈ। ਉਸ ਤੋਂ ਬਾਅਦ ਆਪਾਂ ਪ੍ਰੀਵਿਊ ਕਰ ਦਾਂਗੇ। ਇਸ ਤੋਂ ਬਾਅਦ ਐਡਿਟ ਦਾ ਆਪਸ਼ਨ ਵੀ ਆ ਜਾਂਦਾ ਆਪਣੇ ਕੋਲ ਅਤੇ ਇਹ ਪੇਜ ਉੱਪਰ ਹੋਣ ਤੋਂ ਬਾਅਦ ਆਪਣੇ ਕੋਲ ਜੋ ਹੁੰਦਾ ਜੋ ਡਾਕੂਮੈਂਟ ਆਪਾਂ ਅਪਲੋਡ ਕਰਨਾ ਹੈ ਏਜ ਆਫ ਪਰੂਫ ਦਾ। ਉਸ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਉੱਪਰ ਹੋ ਜਾਂਦਾ ਜਿਸ ਵਿੱਚ ਜੇ ਤੁਹਾਡੇ ਕੋਲ ਇਹਨਾਂ ਚਾਰਾਂ ਪੰਜਾਂ ਵਿੱਚੋਂ ਇੱਕ ਵੀ ਜੋ ਪਰੂਫ ਹੈ ਉਹ ਆਪਾਂ ਨੂੰ ਉਸਦੀ ਫੋਟੋ ਖਿੱਚ ਕੇ ਅਪਲੋਡ ਕਰਨੀ ਪੈਂਦੀ ਹੈ। ਅਤੇ ਤਾਂ ਕਿ ਉਸ ਤੋਂ ਬਾਅਦ ਤੁਹਾਡੇ ਕੋਲ SN ਨੰਬਰ ਆਉਂਦਾ, ਮੋਬਾਈਲ ਉੱਪਰ ਇੱਕ ਮੈਸੇਜ ਆਉਂਦਾ ਜਿਸ ਜੋ ਤੁਹਾਨੂੰ ਸੇਵ ਰੱਖਣਾ ਪੈਂਦਾ ਅਤੇ ਉਸ ਨੂੰ ਉਸ ਥਰੂ ਆਪਾਂ ਚੈੱਕ ਕਰ ਸਕਦੇ ਹਾਂ ਕਿ ਤੁਹਾਡਾ ਐਪਲੀਕੇਸ਼ਨ ਐਕਸੈਪਟ ਹੋਈ ਹੈ ਜੇ ਜਾਂ ਉਸਦਾ ਔਨਲਾਈਨ ਸਟੇਟਸ ਚੈੱਕ ਕਰ ਸਕਦੇ ਹੋ, ਜਿਸ ਦੀ ਵੀਡੀਓ ਮੈਂ ਪਹਿਲਾਂ ਬਣਾ ਚੁੱਕਿਆ ਹਾਂ। ਜੇ ਤੁਸੀਂ ਆਪਣਾ ਔਨਲਾਈਨ ਸਟੇਟਸ ਦੇਖਣਾ ਚਾਹੁੰਦੇ ਹੋ ਕਿਸੇ ਵੀ ਅਪਡੇਟ ਕੀਤੇ ਹੋਏ ਆਧਾਰ ਕਾਰਡ ਦਾ ਤਾਂ ਉੱਪਰ ਆਈ ਬਟਨ 'ਤੇ ਕਲਿੱਕ ਕਰੋ ਅਤੇ ਉਹ ਜੋ ਵੀਡੀਓ ਬਣਾਈ ਹੈ ਉਹ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਸੀਂ ਘਰ ਬੈਠੇ ਉਸਨੂੰ ਸਟੇਟਸ ਚੈੱਕ ਕਰ ਸਕਦੇ ਹੋ। ਦੋਸਤੋ ਜੇ ਤੁਹਾਨੂੰ ਫਿਰ ਵੀ ਕੁਝ ਸਮਝ 'ਚ ਨਹੀਂ ਆਉਂਦਾ ਤਾਂ ਵੀਡੀਓ ਵਿੱਚ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਥੈਂਕ ਯੂ ਦੋਸਤੋ।